ਬੇਸ਼ੱਕ ਭਾਵੇਂ ਕਿਸਾਨ ਇੱਕ ਵਾਰੀ ਫਿਰ ਹੱਕੀ ਮੰਗਾਂ ਦੇ ਲਈ ਦਿੱਲੀ ਨੂੰ ਚੱਲੇ ਆ, ਬਹੁਤ ਵੱਡੇ ਵੱਡੇ ਕਾਫਲੇ ਚੱਲੇ ਆ, ਕਿਸਾਨ ਜਥੇਬੰਦੀਆਂ ਮਿਲ ਕੇ ਚੱਲੀਆਂ ਏ, ਪਰ ਦੂਜੇ ਪਾਸੇ ਜਿਹੜੇ ਵਿਰੋਧ ਕਰਨ ਵਾਲੇ ਲੋਕ ਆ, ਜੰਮ ਕੇ ਵਿਰੋਧ ਕਰ ਰਹੇ ਆ, ਉਹਨਾਂ ਦਾ ਕਹਿਣਾ ਹੈ ਕਿ ਇਹ ਕਾਮਰੇਡਾਂ ਦਾ ਅੰਦੋਲਨ ਆ, ਇਹਨਾਂ ਦੇ ਨਾਲ ਨਹੀਂ ਤੁਰਨਾ। ਇਹ ਸੋਚ ਹਮੇਸ਼ਾ ਤੋਂ ਤੰਗ ਕਰਦੀ ਆਈ ਆ, ਪਿਛਲੀ ਵਾਰ ਤੋਂ ਲੈ ਕੇ, ਕਿ ਉੱਥੇ ਜਾ ਕੇ ਭਾਈ ਬਾਅਦ ਦੇ ਵਿੱਚ ਇਹ ਮੁੱਕਰ ਜਾਂਦੇ ਆ, ਜਦੋਂ ਕਿ 19-21 ਗੱਲ ਹੋ ਜਾਂਦੀ ਆ ਕਿ ਇਹ ਸਾਡੇ ਬੰਦੇ ਨਹੀਂ ਹੈਗੇ, ਇਹ ਸਾਡੇ ਨਾਲ ਨਹੀਂ ਹੈਗੇ, ਇੱਕ ਦੂਜੇ ਨੂੰ ਬਾਅਦ 'ਚ ਉੱਥੇ ਜਾ ਕੇ ਜਿੰਦਾਬਾਦ ਮੁਰਦਾਬਾਦ ਸਟੇਜਾਂ ਤੋਂ ਕਰਨ ਲੱਗ ਜਾਂਦੇ ਆ, ਜਿਹੜੀ ਗੱਲ ਦਾ ਦੁੱਖ ਲੋਕਾਂ ਨੂੰ ਪਿਛਲੀ ਵਾਰ ਲੱਗਿਆ ਸੀਗਾ। ਹੁਣ ਰੌਲਾ ਇਹ ਆ, ਜਦੋਂ ਹੁਣ ਦਿੱਲੀ ਨੂੰ ਚੱਲੇ ਹੀ ਆ, ਗੱਲ ਪੂਰੇ ਪੰਜਾਬ ਦੀ ਕਰਨੀ ਆ, ਤਾਂ ਸਾਰੇ ਮੁੱਦੇ ਵਿੱਚ ਕਾਹਤੋਂ ਨਹੀਂ ਲੈ ਕੇ ਚੱਲਦੇ। ਕਿਸਾਨੀ ਮੰਗਾਂ ਦਾ ਮੁੱਦਾ ਹੈਗਾ ਹੀ ਹੈਗਾ ਗਾ, ਨਾਲ ਦੀ ਨਾਲ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ, ਨਸ਼ੇ ਸਭ ਤੋਂ ਵੱਡਾ ਮੁੱਦਾ, ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਇਹ ਜਿਹੜੇ ਮੁੱਦੇ ਹੈਗੇ ਆ, ਜਿਹੜੇ ਆਹ ਠੱਗ ਏਜੰਟਾਂ ਦਾ ਮੁੱਦਾ, ਇਹ ਮੁੱਦੇ ਨਹੀਂ ਹੈਗੇ ਗੇ। ਜਿਸ ਹਿਸਾਬ ਦੇ ਨਾਲ ਭਾਨਾ ਸਿੱਧੂ, ਚੱਲ ਜਿਹੋ ਜਿਹਾ ਬੰਦਾ ਮਰਜ਼ੀ ਆ, ਉਹਦਾ ਕਰੈਕਟਰ ਜਿਹੋ ਜਿਹਾ ਮਰਜ਼ੀ, ਉਸ ਤਰ੍ਹਾਂ ਦੀਆਂ ਮਰਜ਼ੀ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ, ਵੀਡੀਓ ਵਾਲੀਆਂ ਲਾ ਲਓ, ਗਾਲਾਂ ਕੱਢਦੇ ਦੀਆਂ ਲਾ ਲਓ, ਪਰ ਜਿਹੜਾ ਇੱਕ ਬੰਦੇ ਦੇ ਨਾਲ ਪਾਵਰ ਵਾਲੇ ਲੋਕਾਂ ਨੇ ਕੀਤਾ ਹੈ, ਜਿਹੜੀਆਂ ਗੱਲਾਂ ਸੁਣਦੇ ਹਾਂ ਕਿ ਨੰਗਾ ਕਰਕੇ ਜੇ ਕੀਤਾ ਉਹ ਕੀਤਾ, ਇਹ ਗੱਲਾਂ ਇੰਨਾ ਜਾ ਕੇ ਤੁਸੀਂ ਅੱਗੇ ਪਛਤਾਓਗੇ ਜੇ ਹੁਣ ਨਾ ਬੋਲੇ। ਜੇ ਇੱਕ ਬੰਦੇ ਨਾਲ ਬੋਲਣ ਵਾਲੇ ਦੇ ਨਾਲ ਪਾਵਰ ਵਾਲੇ ਲੋਕ, ਸਿਸਟਮ ਵਾਲੇ ਲੋਕ ਇੰਨਾ ਕੁਛ ਕਰ ਸਕਦੇ ਆ, ਤਾਂ ਤੁਸੀਂ ਕਦੇ ਵੀ ਆਪਦੇ ਬਣ ਦੇ ਹੱਕ ਨਹੀਂ ਲੈ ਸਕਦੇ ਗੇ। ਤੁਸੀਂ ਗੁਲਾਮ ਹੀ ਰਹੋਗੇ, ਜਿਸ ਤਰ੍ਹਾਂ ਗੋਰਿਆਂ ਦੇ ਗੁਲਾਮ ਸੀ, ਇਸੇ ਤਰ੍ਹਾਂ ਗੁਲਾਮ ਰਹੋਗੇ। ਇਹ ਕਾਹਦੀ ਡੈਮੋਕ੍ਰੇਸੀ ਹੋਈ? ਕੋਈ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਕੋਈ ਤੰਤ ਹੈ? ਜੇ ਲੋਕਾਂ ਦੇ ਵਿੱਚ ਬੋਲਣ ਦੀ ਹਿੰਮਤ ਨਹੀਂ ਹੈਗੀ, ਜੇ ਕੋਈ ਹਿੰਮਤ ਕਰੂਗਾ ਤਾਂ ਅੰਦਰ ਵਾੜ ਕੇ ਉਹਨਾਂ ਨੂੰ ਲੋਕਅਪ ਦੇ ਵਿੱਚ ਪਾਈ ਚੀਰ ਫਾੜ ਕਰਕੇ ਅੰਦਰ ਗੰਦੀਆਂ ਮੰਦੀਆਂ ਵੀਡੀਓ ਬਣਾ ਕੇ ਇਹੋ ਜਿਹਾ ਜਲੀਲ ਕੀਤਾ ਜਾਊਗਾ ਕਿ ਦੁਬਾਰਾ ਕੋਈ ਸਾਹ ਨਾ ਕੱਢੇ। ਇਹ ਗੱਲਾਂ ਮੈਂ ਆਪਦੇ ਕੋਲੋਂ ਨਹੀਂ ਕਹਿੰਦਾ ਗਾ, ਇਹ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਆਲਰੇਡੀ ਘੁੰਮ ਰਹੀਆਂ ਹੈ ਕਿ ਆਹ ਕੁਛ ਹੋਇਆ ਗਾ। ਮੈਂ ਚੀਜ਼ਾਂ ਦੀ ਪੁਸ਼ਟੀ ਨਹੀਂ ਕਰਦਾ, ਕੋਈ ਵੈਰੀਫਾਈ ਨਹੀਂ ਕਰਦਾ, ਇਹ ਵੀਡੀਓ ਸਾਰੀਆਂ ਜਿਹੜੀਆਂ ਇਹ ਗੱਲਾਂ ਆਲਰੇਡੀ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ, ਉਹੀ ਮੈਂ ਤੁਹਾਨੂੰ ਆਪਦੀ ਜ਼ਬਾਨੋਂ ਤੁਹਾਨੂੰ ਬੋਲ ਕੇ ਦੱਸਦਾਗਾ। ਜਦੋਂ ਹੁਣ ਚੱਲੇ ਹਾਂ ਦਿੱਲੀ ਨੂੰ, ਤਾਂ ਇਹ ਸਾਰੇ ਮੁੱਦੇ ਨਾਲ ਇੰਕਲੂਡ ਕਰਨ ਦੀ ਕਿਉਂ ਨਹੀਂ ਲੋੜ ਹੈਗੀ? ਸਾਰੇ ਮੁੱਦੇ ਨਾਲ ਇਨਕਲੂਡ ਕਿਉਂ ਨਹੀਂ ਕਰਦੇ ਗੇ? ਇਕੱਲੀ ਇਕੱਲੀ ਗੱਲ, ਜੇ ਹੁਣ ਵਾਰ ਵਾਰ ਉਹੀ ਗੱਲਾਂ ਕਰੀ ਜਾਂਦੇ ਆ, ਅੱਡ ਅੱਡ ਪੇਜ ਬਣਾ ਕੇ ਕਿ ਇਹ ਕਾਮਰੇਡ ਆ, ਇਹਨਾਂ ਨੇ ਆਮ ਕੀਤਾ ਸੀ, ਇਹ ਫਲਾਨਾ ਕੀਤਾ ਸੀਗਾ, ਪਹਿਲਾਂ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਗਏ, ਆਪਸ ਵਿੱਚ ਹੀ ਏਕਾ ਹੈ ਨਹੀਂ ਗਾ, ਤਾਂ ਅੰਦੋਲਨ ਸਿਰੇ ਕਿਵੇਂ ਚੜ੍ਹਨਾ ਗਾ? ਉਹ ਜੇ ਆਪਾਂ ਇੱਕ ਦੂਜੇ ਨਾਲ ਇਹੀ ਧੌਂਸ ਰੱਖਣੀ ਆ, ਆਕੜ ਰੱਖਣੀ ਆ, ਉਹ ਵੀ ਨਾ ਆਪਦੇ ਕੋਲੋਂ ਕਹਿਣਗੇ ਕਿ ਅਸੀਂ ਸਾਰੇ ਇੱਕ ਹਾਂ, ਠੀਕ ਆ, ਜੋ ਪਿਛਲੀਆਂ ਗੱਲਾਂ ਹੋਈਆਂ ਸਾਰੀਆਂ ਨੂੰ ਮਿੱਟੀ ਪਾਓ, ਸਾਰੇ ਮੁੱਦੇ ਨਾਲ ਲੈ ਕੇ ਚੱਲੋ, ਅੰਮ੍ਰਿਤਪਾਲ ਸਿੰਘ ਦੀ ਫੋਟੋ ਨਾਲ ਲਾਓ, ਬੰਦੀ ਸਿੰਘਾਂ ਦੀ ਫੋਟੋ ਨਾਲ ਲਾਓ, ਕਿਸਾਨੀ ਹੱਕਾਂ ਜਿਹੜੇ ਮੰਗਾਂ ਉਹਨਾਂ ਦੀ ਫੋਟੋ ਨਾਲ ਲਾਓ, ਨਸ਼ਿਆਂ ਦੇ ਮੁੱਦੇ ਦੀ ਨਾਲ ਲਾਓ, ਸਾਰਾ ਪੰਜਾਬ ਕਿਵੇਂ ਨਾ ਤੁਰੂਗਾ? ਇੱਥੇ ਕੋਈ ਗੁਨਾਹ ਥੋੜ੍ਹੀ ਕਰ ਰਿਹਾ ਗਾ, ਕੋਈ ਬਗਾਵਤ ਥੋੜ੍ਹੋ ਖੜ੍ਹੀ ਕਰ ਰਿਹਾ ਗਾ, ਨੋਰਮਲੀ ਡੈਮੋਕ੍ਰੇਸੀ ਆ, ਲੋਕ ਆਪਦੇ ਜਿਹੜੇ ਬਣਦੇ ਹੱਕ ਆ, ਜਿਹੜੇ ਅਧਿਕਾਰ ਆ, ਉਹ ਚੀਜ਼ਾਂ ਲੋਕ ਮੰਗ ਰਹੇ ਆ, ਸਿੰਪਲ ਗੱਲ ਆ। ਬਾਕੀ ਤੁਸੀਂ ਦੱਸ ਦਿਓ ਬਾਈ, ਤੁਸੀਂ ਵੱਧ ਸਿਆਣੇ ਆ, ਤੁਹਾਨੂੰ ਇਹ ਗੱਲਾਂ ਬਾਰੇ ਕੀ ਲੱਗਦਾ ਗਾ? ਮਿਲਦਾ ਆਪਾਂ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਦੇਖ ਰਹੇ ਹਾਂ ਪੰਜਾਬੀ ਸਟੇਟਸ ਗਰੁੱਪ।